ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ YouTube ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਹਾਰਦਿਕ ਸਵਾਗਤ ਹੈ ਅੱਜ ਸ਼ਾਮ ਦੇ 5 ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਕਿਹੜੀਆਂ ਉਹ ਖਬਰਾਂ ਹਨ ਜੋ ਦੇਸ਼ ਵਿਦੇਸ਼ ਵਿੱਚ ਚੱਲ ਰਹੀਆਂ ਹਨ ਮੁੱਖ ਵੱਡੀਆਂ ਖਬਰਾਂ ਤੇ ਆਪਾਂ ਨਜ਼ਰ ਮਾਰਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਕ ਕੇ ਜਲਦੀ ਨਾਲ ਆਪਣਾ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੇ ਆਪਾਂ ਨਜ਼ਰ ਮਾਰੀਏ ਦੇਸ਼ ਦੀ ਪਹਿਲੀ ਮੁੱਖ ਵੱਡੀ ਖਬਰ ਤੇ ਤਾਂ ਦੇਸ਼ ਦੇ ਵੱਡੇ ਡਾਕਟਰਾਂ ਨੇ ਇਹ ਅੱਜ ਬਿਆਨ ਜਾਰੀ ਕੀਤਾ ਹੈ ਕਿ ਹਰ ਬੁਖਾਰ, ਖਾਂਸੀ ਅਤੇ ਰੇਸ਼ਾ ਜੋ ਕਿ ਜਕਾਮ ਕਹਿ ਸਕਦੇ ਹਾਂ ਕੋਈ ਇਸ ਨੂੰ ਕੋਰੋਨਾ ਵਾਇਰਸ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਖੰਘ ਬੁਖਾਰ ਤੇਜ ਬੁਖਾਰ ਖੰਘ ਅਤੇ ਰੇਸ਼ਾ ਹੈ ਤੇ ਨਾਲ ਤੁਹਾਡੇ ਸੀਨੇ ਵਿੱਚ ਦਰਦ ਹੁੰਦਾ ਹੈ ਤੇ ਛਾਤੀ ਵਿੱਚ ਦਰਦ ਹੋਣ ਦੇ ਨਾਲ ਤੁਹਾਨੂੰ ਸਾਹ ਲੈਣ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਇਹ ਕਰੋਨਾ ਦੇ ਲੱਛਣ ਹੋ ਸਕਦੇ ਹਨ ਜੇ ਆਮ ਬੁਖਾਰ ਖੰਘ ਜ਼ੁਕਾਮ ਹੈ ਉਸ ਨੂੰ ਕਰੋਨਾ ਵਾਇਰਸ ਨਾਲ ਨਹੀਂ ਜੋੜਿਆ ਜਾ ਸਕਦਾ ਉਹ ਆਮ ਸਰਦੀ ਦੇ ਨਾਲ ਬਦਲਦੇ ਮੌਸਮ ਮિજાਜ ਅਤੇ ਹੋਰ ਫਲੂ ਦੇ ਨਾਲ ਪ੍ਰਦੂਸ਼ਣ ਨਾ ਹੋ ਸਕਦਾ ਹੈ ਇਹ ਅੱਜ ਇੱਕ ਵੱਡਾ ਬਿਆਨ ਜਾਰੀ ਪੰਜਾਬ ਅਤੇ ਦੇਸ਼ ਦੇ ਵੱਡੇ ਡਾਕਟਰਾਂ ਨੇ ਜਾਰੀ ਕੀਤਾ ਹੈ ਦੂਸਰੀ ਮੁੱਖ ਵੱਡੀ ਖਬਰ ਤੇ ਨਜ਼ਰ ਮਾਰੀਏ ਪੰਜਾਬ ਵਿੱਚ ਹੁਣ ਸਖਤੀ ਨਾਲ ਲਾਗੂ ਕਰ ਦਿੱਤਾ ਗਿਆ ਹੈ ਕਰਫਿਊ ਪੂਰੇ ਪੰਜਾਬ ਨੂੰ ਲਾਕਡਾਊਨ ਕਰਨ ਤੋਂ ਬਾਅਦ 31 ਮਾਰਚ ਟਿੱਕਰ ਹੁਣ ਪੂਰੀ ਤਰ੍ਹਾਂ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਣਮਿੱਥੇ ਸਮੇਂ ਲਈ ਇਹ ਸਮਾਂ ਵਧਾਇਆ ਵੀ ਜਾ ਸਕਦਾ ਹੈ ਕਿਉਂਕਿ ਕਾਨੂੰਨਾਂ ਦੇ ਉਲੰਘਣਾ ਤੋਂ ਬਾਅਦ ਦੇਸ਼ ਵਿੱਚ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਵੀ ਪੂਰੀ ਤਰ੍ਹਾਂ ਨਾਲ ਸਖਤੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕਾਨੂੰਨ ਪਾਸ ਕਰਕੇ ਕਾਰਫਿਊ ਪੂਰਾ ਲਾਗੂ ਕਰ ਦਿੱਤਾ ਹੈ ਜੋ ਵੀ ਇਸ ਉਦੇਸ਼ ਦੀ ਲੰਘਣਾ ਕਰੇਗਾ ਉਸ ਤੇ ਸਖਤ ਕਾਰਵਾਈ ਦੇ ਆਡਰ ਹਰ ਜ਼ਿਲ੍ਹੇ ਦੇ ਅਧਿਕਾਰੀ ਨੂੰ ਡੀਸੀ ਨੂੰ ਕਰ ਦਿੱਤੇ ਗਏ ਹਨ ਤੇ ਤੀਸਰੀ ਹੁਣ ਮੁੱਖ ਮੱਦੀ ਖਬਰ ਤੇ ਨਜ਼ਰ ਮਾਰੀਏ ਦੇਸ਼ ਵਿੱਚ ਲਗਭਗ ਹੁਣ 500 ਤੋਂ ਵੱਧ ਕਰੋਨਾ ਦੇ ਮਰੀਜ਼ ਸ਼ੱਕੀ ਪਾਏ ਗਏ ਹਨ ਉਹਨਾਂ ਵਿੱਚੋਂ 10 ਦੀ ਮੌਤ ਵੀ ਹੋ ਚੁੱਕੀ ਹੈ ਪੰਜਾਬ ਵਿੱਚ ਵੀ 24 24 ਨਵੇਂ ਮਾਮਲੇ ਆਏ ਹਨ ਉਹਨਾਂ ਵਿੱਚੋਂ ਤਿੰਨ ਅੱਜ ਨਵੇਂ ਮਾਮਲੇ ਜਲੰਧਰ ਵਿੱਚ ਦੇਖਣ ਮਿਲੇ ਹਨ ਤੇ ਪੰਜਾਬ ਵਿੱਚ ਵੱਧ ਰਹੇ ਇਨ੍ਹਾਂ ਮਾਮਲਿਆਂ ਦੇ ਸਖਤੀ ਨਾਲ ਲਾਗੂ ਕੀਤੇ ਗੇ ਕਰਫਿਊ ਵਿੱਚ ਹੁਣ ਕੋਈ ਵੀ ਢਿੱਲ ਨਹੀਂ ਦਿੱਤੀ ਜਾਵੇਗੀ ਚੌਥੀ ਜੇ ਵੱਡੀ ਖਬਰ ਤੇ ਨਜ਼ਰ ਮਾਰੀਏ ਬੇਰਕਾ ਮੈਲਕ ਪਲਾਂਟ ਦੇ ਬੈਨਾ ਘਰੋ ਘਰੀ ਹੁਣ ਜਾ ਕੇ ਸਮਾਨ ਵੰਡ ਰਹੀਆਂ ਹਨ ਜੋ ਵੀ ਖਾਣ ਪੀਣ ਦਾ ਕੋਈ ਲੋੜੀ ਦਾ ਸਮਾਨ ਹੈ ਉਹ ਬੇਰਕਾ ਦੇ ਬੈਨਾ ਘਰੋ ਘਰੀ ਜਾ ਕੇ ਮਾਲਵੇ ਵਿੱਚ ਸਮਾਨ ਦੀ ਸਪਲਾਈ ਕਰ ਰਹੀਆਂ ਹਨ ਤੇ ਉਸ ਤੋਂ ਬਾਅਦ ਮੁੱਖ ਵੱਡੀ ਖਬਰ ਜੋ ਕਿ ਮੋਦੀ ਨੇ ਵੱਡਾ ਐਲਾਨ ਕੀਤਾ ਹੈ ਕੀ ਹੈ ਕਰੋਨਾ ਵਾਇਰਸ ਨੂੰ ਲੈ ਕੇ ਵੱਡਾ ਐਲਾਨ ਤਾਂ ਇਹ ਖਬਰ ਪੂਰੀ ਜਰੂਰ ਸੁਣਨਾ ਕਰੋਨਾ ਵਾਇਰਸ ਦੇ ਟੈਸਟ ਦੇ ਇਲਾਜ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦਾ ਇਹ ਵੱਡਾ ਫੈਸਲਾ ਹੈ ਕਿ ਹੁਣ ਗਰੀਬਾਂ ਨੂੰ ਇਸ ਯੋਜਨਾ ਵਿੱਚ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਤੇ ਟੈਸਟ ਮੁਫਤ ਹੋਵੇਗਾ ਆਇਸ਼ਮਾਨ ਭਾਰਤ ਯੋਜਨਾ ਤਹਿਤ ਕੋਰੋਨਾ ਵਾਇਰਸ ਦੇ ਇਲਾਜ ਨੂੰ ਸ਼ਾਮਲ ਕਰ ਲਿਆ ਗਿਆ ਹੈ ਜੋ ਵੀ ਗਰੀਬ ਪਰਿਵਾਰ ਨਿੱਜੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਣਗੇ ਆਇਸ਼ਮਾਨ ਭਾਰਤ ਇੱਕ ਸਿਹਤ ਬੀਮਾ ਯੋਜਨਾ ਹੈ ਜੋ ਕਿ ਗਰੀਬ ਪਰਿਵਾਰਾਂ ਦੇ ਵਰਗ ਲਈ ਸ਼ੁਰੂ ਕੀਤੀ ਗਈ ਸੀ ਪੰਜਾਬ ਸਰਕਾਰ ਵੀ ਸਰਵੱਤ ਸਿਹਤ ਯੋਜਨਾ ਵਿੱਚ ਇਸ ਨੂੰ ਸ਼ਾਮਲ ਕਰਨ ਦਾ ਫੈਸਲਾ ਕਰ ਸਕਦੀ ਹੈ ਕਿਉਂਕਿ ਇਹਦੇ ਤਹਿਤ ਗਰੀਬ ਮੁਕਤ ਵਿੱਚ ਇਲਾਜ ਕਰਾ ਸਕਣਗੇ ਅਤੇ ਆਪਣਾ ਟੈਸਟ ਕੋਵਿਡ-19 ਦਾ ਫ੍ਰੀ ਵਿੱਚ ਕਰਵਾ ਸਕਣਗੇ ਜੋ ਵੀ ਕੋਈ ਸ਼ੱਕੀ ਮਰੀਜ਼ ਪਾਇਆ ਜਾਂਦਾ ਹੈ ਉਸ ਦਾ ਸਾਰਾ ਖਰਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਹੁਣ ਚੁੱਕੇਗੀ ਇਹ ਮੋਦੀ ਵੱਲੋਂ ਵੱਡਾ ਫੈਸਲਾ ਅੱਜ ਲਿਆ ਗਿਆ ਹੈ ਇਹ ਸਨ ਪੰਜਾਬ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹਰ ਪੰਜਾਬ ਵਾਸੀ ਨੂੰ ਇਸ ਖਬਰਾਂ ਦੀ ਜਾਣਕਾਰੀ ਮਿਲ ਸਕੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ